दिवाली दे मौके बॉम्बे फर्नीचर तुहाडे लई लैके आया है शानदार डिजाइन वाले फर्नीचर। बॉम्बे फर्नीचर जिथे कि हर तरह का फर्नीचर बहुत ही वधिया क्वालिटी का और बहुत ही वाजिब दामा ते मौजूद है। सो जेकर तुसी भी वधिया क्वालिटी का फर्नीचर खरीदना चाहते हो तो पहुंचो बॉम्बे फर्नीचर, जैतों मुक्तसर रोड नियर गुरीवाला अड्डा मल्ला। संपर्क करो 9310200006, 9855, 1557, 9814, 1557। बॉम्बे फर्नीचर। फर्नीचर मलन जिहड़ा कि दिवाली दे शुभ मौके दे उपर नईयां नईयां चीज़ां लैके आया तुहाडे लई और वधिया डिस्काउंट मिल रहे। वीर जी नूं वीर जी स्वागत है तुहाडा। की कहना चाहोगे कि अज तो 5 महीने पहला भी आपां मिले सीगे और अज भी मिल रहे हैगे आ, और दिवाली दा जिहड़ी ऑफर हैगी आ जिस तरीके दे नाल लोग जिहड़े हैगे विजिट कर रहे ने, दूरों दूरों लोग विजिट कर रहे ने, वधिया वधिया ऑर्डर आ रहे ने, की कहना चाहोगे? फिर साडे कोल आए सानूं बहुत खुशी दी गल है, सानूं लभ ही लैंदे हो तुसीं कितें ना कितों आई जांदे हो साडे कोल। बस आही कहांगे जी त्यौहार इस बार थोड़े जे लेट है तो इस बार एकदम नाल इकट्ठा रश ही पै गया। पहला नराते शुरू हो गए, हुण अगे दिवाली का रश है, नाल ही साडा विआहां दा सीजन शुरू हो जांदा। हुण जनवरी दे फरवरी तक दे ऑर्डर बुक होने शुरू हो चुके हैं साडे कोले। तो बस आही कहांगे जी लोगों वास्ते जो बेस्ट तो बेस्ट असीं कर सकते हैं, जो कोई ऑफर्स दे सकते हैं, सानूं पिछों ऑफर्स मिलणगियां तां दे सकते हैं जी। सानूं दिवाली करके मिल जांदियां, पिछों ऑफर असीं अगे दे दिंदे हां जी। ਸਾਡਾ ਤਾਂ ਬਸ ਐਂ ਹੁੰਦਾ ਵੀ ਕਸਟਮਰ ਸਾਡੇ ਕੋਲ ਫੁੱਟਫਾਲ ਬਣੀ ਰਹੇ ਕਿਵੇਂ ਨਾ ਕਿਵੇਂ ਕਰਕੇ, ਚਾਹੇ ਔਫਰਸ ਕਰਕੇ ਬਣੀ ਰਹੇ, ਚਾਹੇ ਸਾਡੇ ਕਰਕੇ ਬਣੀ ਰਹੇ, ਮਟੀਰੀਅਲ ਕਰਕੇ ਬਣੀ ਰਹੇ। ਲਿਕੁਇਡਿਟੀ, ਕਿਉਂਕਿ ਜਦੋਂ ਤੁਸੀਂ ਇਸ ਪ੍ਰੋਫੈਸ਼ਨ 'ਚ ਆਏ ਆ ਪਾਪਾ ਦੇ ਨੂੰ ਫੋਲੋ ਕਰ ਰਹੇ ਹੋ ਔਰ ਸੋਲਿਡਿਟੀ ਇੱਕ ਬਹੁਤ ਵੱਡੀ ਚੀਜ਼ ਆ ਤੁਹਾਡੇ ਵਿੱਚ, ਤੁਸੀਂ ਮਤਲਬ ਹਮੇਸ਼ਾ ਅਗਲੇ ਨੂੰ ਜਿਹੜੀ ਚੀਜ਼ ਹੈਗੀ ਆ ਉਹ ਬਿਲਕੁਲ ਡਿਊਰੇਬਲ ਜਿਹਦੇ ਵਿੱਚ ਜਾਨ ਹੋਵੇ। ਨੋ ਡਾਊਟ ਕਿ ਮਾਰਕੀਟ ਦੇ ਵਿੱਚ ਬਹੁਤ ਸਾਰੇ ਸ਼ੋਪਸ ਨੇ, ਬੰਦਾ ਬੜੇ ਦੂਰੋਂ ਦੂਰੋਂ ਛੱਡ ਕੇ ਆਉਂਦਾ, ਪਰ ਅਗਰ ਆਪਾਂ ਗੱਲ ਕਰ ਲਈਏ ਪੋਕਟ ਫਰੈਂਡਲੀ ਵੀ ਹੋ ਤੁਸੀਂ ਔਰ ਡਿਊਰੇਬਲੀ, ਕੀ ਕਹਿਣਾ ਚਾਹੋਗੇ? ਦੋਨੇ ਚੀਜ਼ਾਂ ਜਿਹੜੀਆਂ ਹੈਗੀਆਂ ਇਸ ਸ਼ੋਰੂਮ 'ਤੇ ਆ ਔਰ ਇਹੀ ਕਾਰਨ ਕਿ ਚੇਨ ਬਣ ਰਹੀ ਆ, ਜਦੋਂ ਬੰਦਾ ਆਉਂਦਾ ਇੱਕ ਉਹ ਨਾਲ ਦੀ ਨਾਲ ਸਾਰਾ ਦੇਖੋ ਤੁਸੀਂ ਬੈਠੇ ਤਾਂ ਮੱਲਣ ਦੇ ਪਿੰਡ ਦੇ ਵਿੱਚ ਹੋ, ਲੇਕਿਨ ਆਪਾਂ ਦੇਖ ਰਹੇ ਹਾਂ ਕਿ ਦੱਬ ਵਾਲੀ ਤੱਕ, ਗੰਗਾਨਗਰ ਤੱਕ ਔਰਡਰਸ ਜਿਹੜੇ ਹੈਗੇ ਨੇ, ਹਰਿਆਣੇ ਤੱਕ, ਹਿਮਾਚਲ ਤੱਕ, ਦੂਰੋਂ ਦੂਰੋਂ ਲੋਕ ਜਿਹੜੇ ਹੈਗੇ ਜੁੜ ਗਏ ਨੇ, ਦੂਰੋਂ ਦੂਰੋਂ ਲੋਕ ਜਿਹੜੇ ਹੈਗੇ ਪ੍ਰੈਫਰ ਕਰ ਰਹੇ ਨੇ ਬੰਬੇ ਫਰਨੀਚਰ। ਆਇਆ ਨਾ ਜੀ, ਅੱਜ ਕੱਲ੍ਹ ਹਰ ਇੱਕ ਬੰਦੇ ਦੀ ਆਪਣੀ ਮਿਹਨਤ ਦੀ ਕਮਾਈ ਹੈ, ਔਰ ਸਾਡੇ ਕੋਲ ਜਿਹੜਾ ਇੱਥੇ ਜਿਮੀਦਾਰ ਕਸਟਮਰ ਹੈ ਨਾ, ਉਹ ਗਾਣਿਆਂ ਵਾਲਾ ਕਸਟਮਰ ਨਹੀਂ ਹੈ ਵੀ ਰੂਬੀਕੋਨਾਂ ਅਤੇ ਮਰਸਡੀਜ਼ ਅਤੇ ਫੋਰਚੂਨਰ। ਸਾਡੇ ਕੋਲ ਇੱਥੇ ਪਿੰਡਾਂ ਵਾਲਾ ਕਸਟਮਰ ਹੈ ਜਿਨ੍ਹਾਂ ਦੀ ਆਪਣੀ ਪੂਰੀ ਮਿਹਨਤ ਦੀ ਕਮਾਈ ਹੈ, ਅਤੇ ਸਾਨੂੰ ਸਾਡੇ ਫਾਦਰ ਨੇ ਇਹੀ ਗੱਲ ਸਿਖਾਈ ਹੈ ਵੀ ਯਾਰ ਹਰ ਇੱਕ ਬੰਦੇ ਨੂੰ ਵਰਥ ਮਿਲਣੀ ਚਾਹੀਦੀ ਹੈ। ਜੇ ਉਹ ਬੰਦਾ 50,000 ਜਾਂ 1,00,000 ਰੁਪਇਆ ਜਾਂ 1,50,000 ਰੁਪਏ ਲਾ ਰਿਹਾ ਤਾਂ ਸਾਨੂੰ ਉਹ ਬੰਦੇ ਨੂੰ ਉੰਨੀ ਚੀਜ਼ ਦੀ ਵਰਥ ਮਿਲਣੀ ਚਾਹੀਦੀ ਹੈ। ਇੱਕ ਨਾ ਜੀ, ਸਭ ਦਾ ਜਿਹੜਾ ਇੱਥੇ ਸਾਡਾ ਸਮਾਨ ਹੈ ਨਾ, ਦਾਜ ਦਾ ਸਮਾਨ ਹੈ, ਉਹਨਾਂ ਮੁੰਡੇ ਵਾਲਿਆਂ ਦੇ ਘਰ ਜਾਣਾ ਹੁੰਦਾ, ਉਹ ਸਾਨੂੰ ਐਂ ਹੁੰਦਾ ਵੀ ਉੱਥੇ ਨਾ ਕੋਈ ਕੰਪਲੇਂਟ ਆ ਜੇ, ਬਿਲਕੁਲ ਵੀ ਕਿਸੇ ਦੇ ਘਰ ਕੰਪਲੇਂਟ ਆ ਵੀ ਜਾਵੇ, ਮੇਰੇ ਆਪਣੇ ਘਰ ਚੀਜ਼ ਜਾਣੀ ਹੈ, ਮੈਨੂੰ ਉੰਨਾ ਫਰਕ ਨਹੀਂ ਪੈਂਦਾ। ਜੇ ਕਿਸੇ ਕੁੜੀ ਦੇ ਘਰ ਸਹੁਰੇ ਪਰਿਵਾਰ 'ਚ ਜਾ ਕੇ ਕੰਪਲੇਂਟ ਆ ਜੇ ਤਾਂ ਸਾਡੇ ਵਾਸਤੇ ਤਾਂ ਤੁਸੀਂ ਐਂ ਲਗਾ ਲਓ ਵੀ ਸਾਡੇ ਸ਼ੋਰੂਮ ਵਾਸਤੇ ਬਹੁਤ ਮਤਲਬ ਅੱਜ ਕੱਲ੍ਹ ਕੋਈ ਸੋਚਦਾ ਕੋਈ ਨਹੀਂ ਸੋਚਦਾ ਜੀ, ਪਰ ਅਸੀਂ ਬਹੁਤ ਸੋਚਦੇ ਹਾਂ ਵੀ ਆਹ ਚੀਜ਼ ਨਹੀਂ ਹੋਣੀ ਚਾਹੀਦੀ। ਅਤੇ ਇਸ ਕਰਕੇ ਜੇ ਅਗਲੇ ਨੇ ਜਿੰਨਾ ਅਗਲੇ ਦਾ ਬਜਟ ਹੈ ਬੈਸਟ ਤੋਂ ਬੈਸਟ ਦੇਣ ਦੀ ਕੋਸ਼ਿਸ਼ ਕਰਦੇ ਹਾਂ, ਔਰ ਇਹ ਵੀ ਦੱਸਦੇ ਹਾਂ ਵੀ ਆਹ ਚੀਜ਼ ਲਓ ਅਤੇ ਆਹ ਚੀਜ਼ ਨਾ ਲਓ, ਸਭ ਤੋਂ ਜ਼ਰੂਰੀ ਗੱਲ ਜਿਹੜੀ। ਕੀ ਕਹਿਣਾ ਚਾਹੋਗੇ ਕਿ ਇੱਕ ਆਮ ਬੰਦੇ ਦਾ ਸ਼ੋਰੂਮ ਵੀ ਹੈ, ਇਹ ਨਹੀਂ ਹੈ ਕਿ ਤੁਸੀਂ ਬਹੁਤ ਹਾਇਰ ਵਾਲੇ ਨੂੰ ਡੀਲ ਕਰਦੇ ਹੋ, ਇੱਕ ਆਮ ਬੰਦੇ ਦਾ ਵੀ ਜਿੱਦਾਂ ਤੁਸੀਂ ਕਿਹਾ ਕਿ ਕਿਸਾਨੀ ਪਰਿਵਾਰ ਵਾਲੇ ਵੀ ਆ, ਇੱਕ ਮੀਡੀਅਮ ਵਰਗ ਦਾ ਵੀ ਹੈਗਾ ਜਿਹੜਾ ਬਿਜਨਸ ਵਾਲੇ ਹੈਗਾ, ਔਰ ਉਸ ਤੋਂ ਉੱਪਰ ਵੀ ਜਿਹੜੇ ਹੈਗੇ ਆ ਬਹੁਤ ਤਕੜੇ ਤਕੜੇ ਜਿਹੜੇ ਲੋਕ ਹੈਗੇ ਆ ਉਹ ਵੀ ਤੁਹਾਡੇ ਨਾਲ ਜੁੜੇ ਹੋਏ ਨੇ। ਮਤਲਬ ਤਿੰਨੇ ਤਰ੍ਹਾਂ ਦੀ ਤੁਸੀਂ ਕਲੈਂਟਸ ਆਪਦੀ ਰੱਖੀ ਵੀ ਆ ਕਿ ਹਰੇਕ ਤਰ੍ਹਾਂ ਦਾ ਕਲਾਇੰਟ ਨੂੰ ਅਸੀਂ ਉਸੇ ਤਰੀਕੇ ਦੇ ਨਾਲ ਹੀ ਡੀਲ ਕਰੀਏ ਔਰ ਉਦੋਂ ਹੀ ਉਹਨੂੰ ਚੀਜ਼ਾਂ ਜਿਹੜੀਆਂ ਦੇ ਸਕੀਏ।
ਨਹੀਂ, ਜ਼ਿਆਦਾਤਰ ਤਾਂ ਸਾਡੇ ਕੋਲ ਜਿਹੜਾ ਕਸਟਮਰ ਹੈ ਜੀ ਉਹ ਮਿਡਲ ਕਲਾਸ ਅਤੇ ਅਪਰ ਮਿਡਲ ਕਲਾਸ ਹੈ। ਸਾਡਾ ਜਿਹੜਾ ਮੇਨ ਸ਼ੋਰੂਮ ਹੈ ਉਹ ਹੈਗਾ ਬਠਿੰਡੇ, ਅਤੇ ਉੱਥੇ ਅਸੀਂ ਹਾਇਰ ਕਲਾਸ ਨਾਲ ਡੀਲ ਕਰਦੇ ਹਾਂ ਸਾਰਾ, ਜੋ ਅਪਰ ਮਿਡਲ ਕਲਾਸ ਤੋਂ ਹੋਰ ਉੱਪਰ ਨੂੰ ਆ ਜਾਂਦੀ ਹੈ। ਪਰ ਇੱਥੇ ਜਿਹੜੀ ਸਾਡੀ ਡੀਲਿੰਗ ਹੈ ਉਹ ਮੈਕਸੀਮਮ ਉਹ ਕਸਟਮਰ ਨਾਲ ਹੈ ਜਿਹੜਾ ਸਾਡਾ ਮੀਡੀਅਮ ਵਰਗ ਹੈ। ਅਤੇ ਉੱਥੇ ਮਤਲਬ ਆਇਆ ਨਾ ਜੀ, ਇੱਥੇ ਸਾਡੇ ਕੋਲ ਕਲਾਇੰਟੇਜ਼ ਜਿਹੜੀ ਹੈ ਉਹਨਾਂ ਨੇ ਇਕੱਠੀਆਂ 5 ਚੀਜ਼ਾਂ 6 ਚੀਜ਼ਾਂ ਵੀ ਲੈਣੀਆਂ ਹੁੰਦੀਆਂ। ਅਤੇ ਜਿਹੜਾ ਬਠਿੰਡੇ ਵਾਲਾ ਸ਼ੋਰੂਮ ਹੈ ਉੱਥੇ ਸਿੰਗਲ ਸਿੰਗਲ ਚੀਜ਼ ਦੇ ਕੋਠੀਆਂ ਵਾਲੇ ਕਸਟਮਰ ਜ਼ਿਆਦਾ ਹੁੰਦੇ ਆ, ਅਗਲੇ ਨੇ ਕੋਠੀ 2-3 ਕਰੋੜ ਰੁਪਏ ਲਾਇਆ ਹੁੰਦਾ ਤਾਂ ਫਰਨੀਚਰ ਵੀ ਉਸ ਹਿਸਾਬ ਨਾਲ ਚਾਹੀਦਾ ਹੁੰਦਾ। ਅਤੇ ਹਰ ਤਰ੍ਹਾਂ ਦਾ ਕਸਟਮਰ ਅਸੀਂ ਡੀਲ ਕਰ ਲੈਂਦੇ ਹਾਂ, ਇੱਥੇ ਨਹੀਂ ਕਰਦੇ ਤਾਂ ਬਠਿੰਡੇ ਕਰ ਲੈਂਦੇ ਹਾਂ। ਕੀ ਕਹਿਣਾ ਚਾਹੋ, ਕਿਉਂਕਿ ਬਲਕ 'ਚ ਆਪਾਂ ਹਰ ਸਮਾਨ ਜਿਹੜੇ ਹੈਗੇ ਆਪਣੇ ਬਲਕ 'ਚ ਆਉਂਦੇ ਨੇ, ਔਰ ਉਹ ਬਲਕ 'ਚ ਆਉਣ ਦਾ ਕਾਰਨ ਕਿ ਆਪਣੇ ਕੋਲ ਰੇਟਸ ਆ ਜਿਹੜੇ ਬੜੇ ਕੰਪੀਟੀਟਿਵ ਨੇ, ਕਿਉਂਕਿ ਬੰਦਾ ਅਗਲਾ ਦਿਨ ਦਾ ਆਪਣੇ ਸ਼ੋਰੂਮ 'ਚ ਜਾਂਦਾ, ਸ਼ਹਿਰਾਂ 'ਚ ਜਾਂਦਾ, ਪਰ ਫਿਰ ਵੀ ਮਿਲਣ ਆ ਕੇ ਅਗਲਾ ਲੈ ਕੇ ਜਾਂਦਾ ਮਾਲ, ਕਿਉਂਕਿ ਇੱਥੋਂ ਆ ਕੇ ਅਗਲੇ ਨੂੰ ਆਉਂਦਾ, ਇੱਕ ਤਾਂ ਸਾਰਾ ਸਮਾਨ ਤੁਹਾਡੇ ਕੋਲ ਅਵੇਲੇਬਲ ਹੁੰਦਾ ਕਿ ਜਿੰਨਾ ਬੰਦੇ ਨੇ ਦਾਜ ਦੇ ਵਿੱਚ ਆਪਣੀ ਬੇਟੀ ਨੂੰ ਫਰਨੀਚਰ ਦੇ ਤੌਰ 'ਤੇ ਦੇਣਾ, ਚਾਹੇ ਉਹ ਸੋਫੇ ਆ, ਚਾਹੇ ਉਹ ਅਲਮੀਰਾ, ਚਾਹੇ ਉਹ ਡਾਇਨਿੰਗ ਸੈੱਟ ਹੈਗਾ, ਹਰ ਚੀਜ਼ ਇੱਥੇ ਅਵੇਲੇਬਲ ਆ। ਬਸ ਉਹੀ ਹੈ ਜੀ, ਕਸਟਮਰ ਨਾਲ ਹੀ ਰੇਟ ਹੈ, ਵੀ ਕਸਟਮਰ ਜ਼ਿਆਦਾ ਹੁੰਦਾ ਤਾਂ ਪਿੱਛੋਂ ਪਰਚੇਜ਼ਿੰਗ ਥੋੜ੍ਹੀ ਜ਼ਿਆਦਾ ਹੋ ਜਾਂਦੀ ਹੈ, ਰੇਟ ਪਿੱਛੋਂ ਵਾਜਿਬ ਮਿਲ ਜਾਂਦੇ ਆ ਰੋ ਮਟੀਰੀਅਲ ਦੇ, ਕਸਟਮਰ ਨੂੰ ਅੱਗੇ ਸਾਡੇ ਕੋਲੋਂ ਵਾਜਿਬ ਰੇਟ ਮਿਲ ਜਾਂਦੇ ਰੋ ਮਟੀਰੀਅਲ ਦੇ। ਅੱਛੀ ਕਸਟਮਰ ਕਲਾਇੰਟੇਜ ਹੈ, ਅੱਛਾ ਫੁੱਟਬਾਲ ਹੈ, ਮੈਰਿਜ ਸੀਜ਼ਨ ਦੇ ਵਿੱਚ ਬਹੁਤ ਜ਼ਿਆਦਾ ਸਾਡੇ ਕੋਲ ਰੱਬ ਦੀ ਮਿਹਰ ਹੈ ਜੀ, ਸਭ ਦਾ ਕੰਮ ਵਧੀਆ ਚੱਲਦਾ ਰਹੇ, ਸਾਡਾ ਤਾਂ ਚੱਲੀ ਜਾਂਦਾ, ਸਭ ਦੇ ਨਾਲ ਹੀ ਹੈ ਜੀ। ਔਰ ਮੈਨੂਫੈਕਚਰਿੰਗ ਜਿਹੜੀ ਖੁਦ ਹੀ ਆ, ਪਹਿਲੇ ਦਿਨ ਤੋਂ ਹੀ ਇਸ ਚੀਜ਼ ਦੇ ਵਿੱਚ ਸਮਝੌਤਾ ਕਦੇ ਨਹੀਂ ਕੀਤਾ, ਔਰ ਜਿਹੜੀ ਲੇਬਰ ਇੱਕ ਵਾਰੀ ਅਟੈਚ ਹੋ ਗਈ, ਚਾਹੇ ਕਰੋਨਾ ਦਾ ਔਖਾ ਸਮਾਂ ਆਇਆ, ਲੇਕਿਨ ਬੰਬੇ ਫਰਨੀਚਰ ਵਾਲਿਆਂ ਨੇ ਆਪਣੇ ਬੰਦੇ ਨੂੰ ਆਪਣੇ ਦਿਲ ਨਾਲ ਲਗਾ ਕੇ ਰੱਖਿਆ, ਛਾਤੀ ਨਾਲ ਲਗਾ ਕੇ ਰੱਖਿਆ, ਕਿਉਂਕਿ ਫਾਦਰ ਨੇ ਹਮੇਸ਼ਾ ਹਰੇਕ ਬੰਦੇ ਨਾਲ, ਜਿਹੜਾ ਬੰਦਾ ਇੱਕ ਵਾਰੀ ਜੁੜ ਗਿਆ ਉਹ ਜੁੜ ਗਿਆ। ਉਹ ਤਾਂ ਹੈ ਹੀ ਹੈ ਜੀ, ਹੁਣ ਜਿਹੜੇ ਕਾਰੀਗਰ ਹੈ, ਸਾਡੇ ਵਰਕਰ ਹੈ, ਮਿਸਤਰੀ ਹੈ, ਉਹ ਸਾਡੇ ਕੋਈ ਐਂ ਨਹੀਂ ਹੈ ਵੀ ਅੱਜ ਇੱਕ ਆ ਗਿਆ ਇੱਕ ਕੱਲ੍ਹ ਚਲਾ ਗਿਆ, ਨਾ ਉਹ ਸਾਡੀ ਫੈਮਿਲੀ ਹੈ, ਉਹ ਵੀ ਸਾਡੀ ਫੈਮਿਲੀ ਹੈ, ਸਾਡੇ ਕਸਟਮਰ ਵੀ ਸਾਡੀ ਫੈਮਿਲੀ ਹੈ, ਸਾਰੇ ਇੱਕ ਦੂਜੇ ਨਾਲ ਜੁੜੇ ਹੋਏ ਹੈ ਜੀ। ਹੁਣ ਕਾਰੀਗਰਾਂ ਨੂੰ ਵੀ ਕਸਟਮਰ ਨਾਲ ਹੀ ਹੈ ਜੀ, ਜਦੋਂ ਕਸਟਮਰ ਆਊਗਾ ਸਾਡੇ ਕੋਲ ਅਸੀਂ ਕਾਰੀਗਰਾਂ ਨੂੰ ਕੰਮ ਦੇ ਸਕਾਂਗੇ, ਸਭ ਦਾ ਕੰਮ ਇੱਕ ਦੂਜੇ ਨਾਲ ਜੁੜਿਆ ਹੋਇਆ। ਬਹੁਤ ਦੁਨੀਆ ਜਿਹਨੂੰ ਅਸੀਂ ਦੇਖਿਆ ਹੀ ਨਹੀਂ ਪਰ ਸਾਡੇ ਕੋਲ ਕੰਮ ਕਰੀ ਜਾਂਦੇ ਆ, ਕਿਹੜੀ ਫੈਕਟਰੀਆਂ 'ਚੋਂ ਕਿਹੜਾ ਮਾਲ ਆਈ ਜਾਂਦਾ, ਅੱਗੇ ਦੀ ਅੱਗੇ ਚੇਨ ਬਣੀ ਹੋਈ ਹੈ ਤਾਂ। ਦਰਸ਼ਕੋ, ਦੇਰ ਨਾ ਕਰੋ, ਵੈਲਕਮ ਆ ਤੁਹਾਡਾ, ਤਿਆਰ ਹੈ ਪੂਰਾ, ਦੇਖ ਸਕਦੇ ਤੁਸੀਂ ਸ਼ੋਰੂਮ ਕਿੰਨਾ ਪਿਆਰਾ ਸ਼ੋਰੂਮ ਹੈਗਾ, ਔਰ ਕਿਵੇਂ ਹਰ ਤਰ੍ਹਾਂ ਦੀਆਂ, ਅਗਰ ਬੈੱਡ ਲੈਣੇ ਤਾਂ ਬੈੱਡ ਦੀਆਂ ਕਿੰਨੀਆਂ ਕੁਆਲਿਟੀਆਂ, ਬਲ ਕਈ ਤਾਂ ਸਾਨੂੰ ਹੁਣ ਕਵਰ ਵੀ ਨਹੀਂ ਕਰਨ ਦੇ ਰਹੇ ਭਾਈ ਵੀ ਇਹ ਸਾਡੇ ਡਿਜ਼ਾਇਨ ਹੈਗੇ ਆ, ਕਿਉਂਕਿ ਇਹਨਾਂ ਨੇ ਬੜੀ ਇਹੀ ਚੀਜ਼ ਫਰਨੀਚਰ ਦੇ ਵਿੱਚ ਹੁੰਦੀ ਆ, ਪਰ ਤੁਸੀਂ ਆਓਗੇ ਤਾਂ ਤੁਹਾਡੇ ਤੋਂ ਇਹਨਾਂ ਨੇ ਛਪਾਉਣਾ ਨਹੀਂ ਕੋਈ, ਤੁਹਾਡੇ ਲਈ ਤਾਂ ਤੁਹਾਡੇ ਲਈ ਇਹਨਾਂ ਨੇ ਬਣਾਏ ਆ ਉਹ, ਔਰ ਇਹ ਹੁੰਦਾ ਕਿ ਮੇਰੇ ਡਿਜ਼ਾਇਨ ਜਿਹੜੇ ਕਿਤੇ ਹੋਰ ਨਹੀਂ ਜਾਣ, ਔਰ ਤੁਹਾਡਾ ਸਰ ਸਾਨੂੰ ਸਮਾਂ ਦੇਣ ਦੇ ਲਈ ਧੰਨਵਾਦ। ਥੈਂਕ ਯੂ ਜੀ, ਬਹੁਤ ਅੱਛਾ ਲੱਗਿਆ ਤੁਸੀਂ ਸਾਡੇ ਕੋਲ ਆਏ, ਥੈਂਕ ਯੂ ਸੋ ਮੱਚ।